ਦਿੱਲੀ ਪਠਾਨਕੋਟ ਐਕਸਪ੍ਰੈਸ ਤੇ ਪੱਥਰਬਾਜ਼ੀ ਕੀਤੀ ਗਈ ਹੈ। ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸੀ ਇਹ ਟ੍ਰੇਨ ਤੇ ਇਸ ਤੇ ਪੱਥਰ ਮਾਰੇ ਗਏ ਨੇ, ਜਿਸ ਕਾਰਨ ਕਈ ਯਾਤਰੀ ਜ਼ਖਮੀ ਹੋਏ ਨੇ ਅਤੇ ਇੱਕ ਯਾਤਰੀ ਦੇ ਤਾਂ ਦੰਦ ਤੱਕ ਟੁੱਟ ਗਏ ਨੇ, ਜਿਸ ਨੂੰ ਟ੍ਰੇਨ ਦੇ ਵਿੱਚੋਂ ਉਤਾਰ ਕੇ ਹਸਪੀਟਲ ਪਹੁੰਚਾਇਆ ਗਿਆ ਹੈ। ਦੱਸ ਦਈਏ ਕਿ ਖੰਨਾ ਤੇ ਦੌਰਾਹਾ ਰੇਲਵੇ ਸਟੇਸ਼ਨ ਦੇ ਵਿਚਕਾਰ ਇਹ ਪੱਥਰ ਮਾਰੇ ਗਏ ਨੇ। ਪੱਥਰ ਇੰਨੇ ਜ਼ੋਰ ਨਾਲ ਮਾਰੇ ਗਏ ਕਿ ਬੋਗੀ ਦਾ ਪਹਿਲਾਂ ਸ਼ੀਸ਼ਾ ਟੁੱਟਿਆ, ਜਿਸ ਤੋਂ ਬਾਅਦ ਪੱਥਰ ਯਾਤਰੀਆਂ ਦੇ ਵੱਜੇ ਨੇ ਤੇ ਇੱਕ ਯਾਤਰੀ ਗੰਭੀਰ ਜ਼ਖਮੀ ਹੋਇਆ, ਜਿਸ ਨੂੰ ਸਰਹੰਦ ਰੇਲਵੇ ਸਟੇਸ਼ਨ ਤੇ ਉਤਾਰ ਕੇ ਹਸਪੀਟਲ ਪਹੁੰਚਾਇਆ ਗਿਆ। ਪੱਥਰ ਲੱਗਣ ਦੇ ਨਾਲ ਯੁਵਰਾਜ ਸਿੰਘ ਦੇ ਦੰਦ ਤੱਕ ਟੁੱਟ ਗਏ ਤੇ ਉਹ ਜ਼ਖਮੀ ਹੋ ਗਿਆ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸੀ ਦਿੱਲੀ ਪਠਾਨਕੋਟ ਐਕਸਪ੍ਰੈਸ, ਜਿਸ ਤੇ ਪੱਥਰ ਮਾਰੇ ਗਏ ਨੇ। ਇਹ ਘਟਨਾ ਲੁਧਿਆਣਾ ਤੇ ਖੰਨਾ ਵਿਚਕਾਰ ਦੌਰਾਹਾ ਰੇਲਵੇ ਸਟੇਸ਼ਨ ਕੋਲ ਵਾਪਰੀ ਹੈ। ਇੱਕ ਪੱਥਰ ਬੋਗੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਯਾਤਰੀ ਦੇ ਮੂੰਹ ਤੇ ਜਾ ਵੱਜਿਆ। ਪਾਣੀਪਤ ਦਾ ਰਹਿਣ ਵਾਲਾ ਇਹ ਯਾਤਰੀ ਜ਼ਖਮੀ ਹੋ ਗਿਆ, ਜਿਸ ਨੂੰ ਸਰਹੰਦ ਰੇਲਵੇ ਸਟੇਸ਼ਨ ਤੇ ਉਤਾਰ ਕੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪੀਟਲ 'ਚ ਦਾਖਲ ਕਰਵਾਉਣਾ ਪਿਆ। ਜ਼ਖਮੀ ਯੁਵਰਾਜ ਸਿੰਘ ਦੇ ਦੰਦ ਤੱਕ ਟੁੱਟ ਗਏ ਨੇ ਤੇ ਬੁੱਲਾਂ ਤੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। GRP ਚੌਂਕੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਪਹੁੰਚੇ ਨੇ। ਹਾਲਾਂਕਿ ਯੁਵਰਾਜ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਯੁਵਰਾਜ ਸਿੰਘ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਗਏ ਨੇ ਅਤੇ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਦੌਰਾਹਾ 'ਚ ਜਾ ਕੇ ਵੀ ਮੌਕੇ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਤਾਂ ਦਿੱਲੀ ਪਠਾਨਕੋਟ ਐਕਸਪ੍ਰੈਸ ਤੇ ਪੱਥਰਬਾਜ਼ੀ ਹੋਈ ਹੈ। ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸੀ ਇਹ ਟ੍ਰੇਨ ਅਤੇ ਦੌਰਾਹਾ ਰੇਲਵੇ ਸਟੇਸ਼ਨ ਦੇ ਕੋਲ ਇਸ ਤੇ ਪੱਥਰ ਮਾਰੇ ਗਏ ਨੇ। ਪੱਥਰ ਵੱਜਣ ਦੇ ਨਾਲ ਇੱਕ ਯਾਤਰੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰੇਲਵੇ ਸਟੇਸ਼ਨ ਤੇ ਉਤਾਰ ਕੇ ਹਸਪੀਟਲ ਪਹੁੰਚਾਇਆ ਗਿਆ। ਪੱਥਰ ਲੱਗਣ ਨਾਲ ਯਾਤਰੀ ਯੁਵਰਾਜ ਸਿੰਘ ਦੇ ਦੰਦ ਤੱਕ ਟੁੱਟ ਗਏ ਨੇ। ਮੈਨੂੰ ਦੱਸਿਆ ਵੀ ਇੱਦਾਂ ਕਰਕੇ ਆਪਣੀ ਗੱਡੀ ਜਿਹੜੀ ਇੱਕ ਦਿੱਲੀ ਤੋਂ ਪਠਾਨਕੋਟ ਚੱਲਦੀ ਹੈ ਅਤੇ ਆਪਣੇ ਕੋਲ ਖੰਨਾ ਸਟੇਸ਼ਨ 'ਤੇ ਲੇਕਿਨ ਉਹ ਨਹੀਂ ਰੁਕਦੀ, ਬਈ ਉਹਦੇ ਵਿੱਚੋਂ ਇੱਕ ਬੰਦਾ ਜ਼ਖਮੀ ਹੋ ਕੇ ਜੇਰੇ ਇਲਾਜ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਹੈ, ਵੀ ਆਪ ਉੱਥੇ ਜਾ ਕੇ ਉਹਦੇ ਬਿਆਨ ਹਾਸਲ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਓ। ਲਿਹਾਜ਼ਾ ਮੈਂ ਸਰ ਉੱਥੋਂ ਸਾਥੀ ਕਰਮਚਾਰੀਆਂ ਦੇ ਨਾਲ ਰੇਲਵੇ ਸਟੇਸ਼ਨ ਸਰਹੰਦ ਤੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪੁੱਜਾ। ਉੱਥੇ ਪੁੱਜ ਕੇ ਸਰ ਪਤਾ ਲੱਗਿਆ ਮੈਨੂੰ ਮੁਤਾਬਕ ਗਾਰਡ ਇੱਕ ਯਾਤਰੀ ਸੀਗਾ ਯੁਵਰਾਜ ਸਨ ਆਫ ਮੇਜਰ ਸਿੰਘ, ਇਹ ਆਪਣੀ ਮਾਤਾ ਦੇ ਨਾਲ ਬਿਆਸ ਤੋਂ ਪਾਣੀਪਤ ਲਈ ਸਫ਼ਰ ਕਰ ਰਹੇ ਸੀ, ਨਾਲ ਇਹਨਾਂ ਦੀ ਮਾਸੀ ਦਾ ਲੜਕਾ ਵੀ ਸੀਗਾ ਜੀ। ਅਤੇ ਜਦੋਂ ਗੱਡੀ ਇਹਨਾਂ ਦੀ ਚੱਲਦੀ ਹਾਲਤ 'ਚ ਰੇਲਵੇ ਸਟੇਸ਼ਨ ਦਰਾਹਾ ਪਾਸ ਕਰੀ ਜੀ ਅਤੇ ਉੱਥੋਂ ਬਾਹਰਲੇ ਪਾਸਿਓਂ ਇੱਕ ਪੱਥਰ ਵੱਜਿਆ ਜੀ ਇਹਦੇ ਯੁਵਰਾਜ 'ਤੇ, ਉਹਦੇ ਨਾਲ ਉਹ ਜ਼ਖਮੀ ਹੋਇਆ। ਜ਼ਖਮੀ ਹੋ ਕੇ ਸਰ ਸਰਹੰਦ ਲਾ ਕੇ ਸਟੇਸ਼ਨ ਦੇ ਉੱਤੇ ਦਾਖਲ ਹੋ ਗਿਆ ਸੀ। ਜਦੋਂ ਮੈਂ ਇਹਨਾਂ ਨੂੰ ਪਹੁੰਚੇ ਉੱਥੋਂ ਪਤਾ ਲੱਗਿਆ, ਪਤਾ ਕਰਨ ਦੇ ਮੁਤਾਬਕ ਕਾਰਡ ਮੈਨੂੰ ਵੀ ਇਹ 32 ਨੂੰ ਰੈਫਰ ਕਰ ਦਿੱਤੇ ਨੇ ਅਤੇ ਹਸਪਤਾਲ ਦੇ ਬਾਹਰ ਮੈਨੂੰ ਇਹਦਾ ਜਿਹੜਾ ਮਜਰੂਬ ਹੈ ਜੀ ਯੁਵਰਾਜ, ਇਹਦੀ ਮਾਸੀ ਦਾ ਲੜਕਾ ਮਿਲ ਗਿਆ ਸੀ ਕਮਲਜੀਤ, ਉਹਦੇ ਬਿਆਨਾਂ ਦੇ ਉੱਤੇ ਮੈਂ ਜੀ ਉੱਥੇ ਫਿਰ ਬਣਦੀ ਸੈਕਸ਼ਨ 152 ਰੇਲਵੇ ਐਕਟ ਦੇ ਵਿੱਚ ਮੁਕੱਦਮਾ ਨੰਬਰ 26 ਮਿਤੀ 17-7 ਥਾਣਾ GRP ਸਰਹੰਦ ਦਰਜ ਕਰ ਲਿਆ ਜੀ ਅਤੇ ਦੋਸ਼ੀਆਂ ਦੀ ਭਾਲ ਹੈ ਜੀ। ਜਿਵੇਂ ਵੀ ਅੱਗੇ ਤਫਤੀਸ਼ ਜਾਰੀ ਆ, ਜੋ ਵੀ ਕਾਰਵਾਈ ਹੋ ਗਈ ਆਪਾਂ ਬਣਦੀ ਤਫਤੀਸ਼ ਨੂੰ ਅੱਗੇ ਤੋਰਾਂਗੇ ਜੀ ਉਸ ਸਾਹਿਬ। ਜਿਸ ਤਰ੍ਹਾਂ ਪਹਿਲਾਂ ਵੀ ਕਈ ਜਗ੍ਹਾ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਅਤੇ ਪੁਲਿਸ ਦੀ ਸਖ਼ਤੀ ਸੂਈ ਫਿਰ ਕੀ ਹੁੰਦੀ ਹੈ, ਜਾਂਚ ਦਾ ਵਿਸ਼ਾ ਕੀ ਰਹਿੰਦਾ ਜੀ? ਜਾਂਚ ਦਾ ਵਿਸ਼ਾ ਭਾਅ ਜੀ ਮੇਨ ਤਾਂ ਇਹੀ ਹੈ ਵੀ ਟਰੈਕ ਦੇ ਆਲੇ ਦੁਆਲੇ ਜਾਂ ਤਾਂ ਹੁਣ ਜਿੱਦਾਂ ਬੱਚੇ ਖੇਡਦੇ ਹੁੰਦੇ ਨੇ ਜੀ, ਕਿਉਂਕਿ ਜਿਹੜਾ ਪਰਸਨ ਹੈ ਕੋਈ ਵੀ ਜੰਗ ਜਾਂ ਆਪਾਂ ਬੰਦਾ ਕਹਿ ਲਈਏ ਓਲਡ ਏਜ, ਉਹ ਇਹ ਘਟਨਾ ਨਹੀਂ ਕਰੇਗਾ, ਪੱਥਰ ਨਹੀਂ ਮਾਰੇਗਾ ਸਵਾਰੀ ਦੇ। ਜਾਂ ਕੋਈ ਸਰ ਇੱਦਾਂ ਹੋ ਸਕਦਾ ਵੀ ਜਿੱਦਾਂ ਕੋਈ ਨੀਮ ਪਾਗਲ ਹੋਵੇ ਉਹ ਇਹ ਹਰਕਤ ਕਰ ਸਕਦਾ ਹੈ। ਇਹ ਦੋ ਹੀ ਜ਼ਿਆਦਾਤਰ ਮਤਲਬ ਸ਼ੱਕ ਦੀ ਸੂਈ ਇਹਨਾਂ 'ਤੇ ਆਉਂਦੀ ਹੈ ਵੀ ਜਾਂ ਤਾਂ ਮੰਦਬੁੱਧੀ ਬੱਚਾ ਕੋਈ ਜਾਂ ਮੰਦਬੁੱਧੀ ਵਿਅਕਤੀ ਹੀ ਪੱਥਰ ਮਾਰ ਸਕਦਾ, ਨਹੀਂ ਤਾਂ ਇਨਸਾਨ ਇਨਸਾਨ ਨੂੰ ਪੱਥਰ ਨਹੀਂ ਮਾਰਦਾ, ਖਾਸ ਕਰਕੇ ਪੰਜਾਬ ਦੇ ਵਿੱਚ। ਜੇ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਜਿਹੜੀ ਹੈ ਕੋਈ ਰੇਲ ਗੱਡੀ ਨੂੰ ਰੋਕਣਾ ਪਿਆ ਜੀ? ਨਹੀਂ, ਰੇਲ ਗੱਡੀ ਜਿਹੜੀ ਹੈ ਸਫ਼ਰ ਦੇ ਵਿੱਚ ਸੀ, ਰਨਿੰਗ ਪੋਜੀਸ਼ਨ ਦੇ ਵਿੱਚ ਸੀ, ਆਪਣੇ ਕੋਲ ਸਟੋਪੇਜ ਨਹੀਂ ਸੀ,
ਸਰਹੰਦੇ ਦਾ ਬਕਾਇਦਾ ਸਟੋਪੇਜ ਸੀ, ਸਟੋਪੇਜ ਦੇ ਦੌਰਾਨ ਇਹਨੂੰ ਉੱਥੇ ਲਾਇਆ ਗਿਆ, ਫਸਟ ਏਡ ਦੇ ਕੇ ਦੇਖ ਲਓ ਟ੍ਰੀਟਮੈਂਟ ਲਈ ਫਤਿਹਗੜ੍ਹ ਸਾਹਿਬ ਪੁਲਿਸ ਪਾਰਟੀ ਨੇ ਭੇਜ ਦਿੱਤਾ ਸੀਗਾ।